हाँ जी, तो वेलकम बैक एक बारी फिर टीच वीजा पंजाबी ते इंडिया टू यूएई, इंडिया टू दुबई दियां जिहड़ियां फ्लाइटां ने उन्हां बारे कुछ बैड न्यूज़ां ने जिहड़ियां कि मेरे तक पहुंचियां ने। इस वीडियो दे विच तुहाडे नाल सारियां ने सारियां जिहड़ियां अपडेटां ने फ्लाइट्स दे बारे च इंडिया टू दुबई यूएई दियां ਉਹ ਸ਼ੇਅਰ ਕਰਾਂਗਾ ਤੁਹਾਡੇ ਸਾਰੇ ਵੀਰਾਂ ਭਰਾਵਾਂ ਅੱਗੇ ਰਿਕੁਐਸਟ ਹੈ ਕਿ ਵੀਡੀਓ ਨੂੰ ਐਂਡ ਤੀਕਰਾਂ ਤੱਕਣ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਜੇ ਕੋਈ ਵੀ ਸਵਾਲ ਹੈ ਤੁਹਾਡਾ ਤੁਸੀਂ ਥੱਲੇ ਕਮੈਂਟ ਬੋਕਸ ਦੇ ਵਿੱਚ ਪੁੱਛ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਹਾਂਜੀ, ਅਤੇ ਫਲਾਈਟਾਂ ਦੇ ਬਾਰੇ 'ਚ ਗੱਲ ਕਰਨੀ ਆ। ਪਹਿਲਾਂ ਕਾਫੀ ਜ਼ਿਆਦਾ ਐਸੇ ਭਰਾ ਮੈਂ ਵੇਖੇ ਨੇ ਅਤੇ ਖੁਦ ਵੀ ਮੈਂ ਜਿਹੜੀ ਇੱਕ ਦੋ ਫਲਾਈਟ ਉਹ ਬੁੱਕ ਕੀਤੀ ਹੈ ਇੰਡੀਆ ਟੂ ਯੂਏਈ ਦੀ, ਇੰਡੀਆ ਟੂ ਦੁਬਈ ਦੀਆਂ ਫਲਾਈਟਾਂ ਜਿਹੜੀਆਂ ਨੇ ਉਹ ਬੁੱਕ ਕੀਤੀਆਂ ਨੇ ਐਮਰੇਟ ਏਅਰਲਾਈਨ ਦੀਆਂ। ਤੁਹਾਨੂੰ ਪਤਾ ਐਮਰੇਟ ਨੇ ਜਿਹੜਾ ਐਲਾਨ ਕੀਤਾ ਸੀ ਉਹ ਕੀਤਾ ਸੀ ਅਨਾਊਂਸਮੈਂਟ ਕਿ 5 ਜੁਲਾਈ ਤੋਂ ਬਾਅਦ ਹਰ ਫਲਾਈਟ ਓਪਨ ਹੋਈ ਹੈਗੀ ਇੰਡੀਆ ਟੂ ਯੂਏਈ ਦੀ, ਇੰਡੀਆ ਟੂ ਦੁਬਈ ਦੀ। ਬਟ ਹੁਣ ਜਿਹੜੀ ਨਵੀਂ ਅਨਾਊਂਸਮੈਂਟ ਕੀਤੀ ਹੈ ਗਲਫ ਏਅਰਲਾਈਨ ਨੇ, ਗਲਫ ਦੀ ਵੈਬਸਾਈਟਾਂ 'ਤੇ ਕਾਫੀ ਜ਼ਿਆਦਾ ਜਿਹੜੀਆਂ ਨੇ, ਅਲ ਜਜ਼ਾਇਰ ਨਿਊਜ਼ ਚੈਨਲ ਜਿਹੜਾ ਕਤਰ ਦਾ ਉਹਨੇ ਅਤੇ ਬਾਕੀ ਹੋਰ ਜਿੰਨੇ ਵੀ ਛੋਟੇ ਮੋਟੇ ਚੈਨਲ ਨੇ ਉਹਨਾਂ ਵੀ ਆਖਿਆ ਕਿ ਤਰੀਖ ਕੋਈ ਨਹੀਂ ਦਿੱਤੀ ਹੁਣ ਉਹਨਾਂ 'ਤੇ ਫਲਾਈਟਾਂ ਜਿੰਨੀਆਂ ਵੀ ਹਨ ਉਹ ਸਾਰੀਆਂ ਸਸਪੈਂਡ ਕਰ ਛੜੀਆਂ ਨੇ। ਜਿੰਨਾ ਫਲਾਈਟ ਬੁੱਕ ਕੀਤੀਆਂ ਸਨ ਉਹਨਾਂ ਨੂੰ ਮੇਲ ਆ ਚੁੱਕਿਆ ਹੋਣਾ ਹਰ ਇੱਕ ਵੀਰ ਭਰਾ ਨੇ ਜਿੰਨੇ ਜਿੰਨੇ ਵੀ ਫਲਾਈਟਾਂ ਬੁੱਕ ਕੀਤੀਆਂ ਸਨ ਇੰਡੀਆ ਤੋਂ ਦੁਬਈ ਦੀਆਂ, ਇੰਡੀਆ ਤੋਂ ਯੂਏਈ ਦੀਆਂ, ਉਹ ਟੋਟਲੀ ਕੈਂਸਲ ਕਰ ਦਿੱਤੀਆਂ ਗਈਆਂ ਨੇ, ਸਸਪੈਂਡ ਕਰ ਦਿੱਤੀਆਂ ਗਈਆਂ ਨੇ। ਅੱਗੋਂ ਉਹਨਾਂ ਜਿਹੜੀ ਡੇਟ ਦੱਸੀ ਉਹ ਡੇਟ ਕੋਈ ਵੀ ਨਹੀਂ ਦੱਸੀ ਹੈ ਉਹਨਾਂ ਕਿ ਇਸ ਡੇਟ ਨੂੰ ਅਸੀਂ ਓਪਨ ਕਰਾਂਗੇ। ਉਹਨਾਂ ਆਖਿਆ ਕਿ ਅਸੀਂ ਫਲਾਈਟਾਂ ਸਸਪੈਂਡ ਕਰ ਛੜੀਆਂ ਨੇ, ਕੋਈ ਵੀ ਟਾਈਮ ਜਾਂ ਕੋਈ ਵੀ ਡੇਟ ਉਹਨਾਂ ਨਹੀਂ ਦੱਸੀ ਹੈ ਵੀ ਕਿ ਕਿੰਨੀ ਦੇਰ ਤੀਕਰਾਂ ਹੁਣ ਫਲਾਈਟਾਂ ਬੰਦ ਰਹਿਣਗੀਆਂ, ਫਲਾਈਟਾਂ ਸਸਪੈਂਡ ਕੀਤੀਆਂ ਜਾਣਗੀਆਂ। ਇਹੀ ਸੂਰਤ ਹਾਲ ਪਾਕਿਸਤਾਨੀ ਸਿਟੀਜ਼ਨ ਵਾਸਤੇ ਵੀ, ਜਿਹੜੇ ਵੀ ਪਾਕਿਸਤਾਨੀ ਵੀਰ ਛੁੱਟੀ ਗਏ ਸਨ, ਦੁਬਈ ਦੇ ਵਿੱਚ ਕੰਮ ਕਰਦੇ ਸਨ, ਯੂਏਈ ਦੇ ਵਿੱਚ ਕੰਮ ਕਰਦੇ ਸਨ, ਹੁਣ ਉਹ ਵਾਪਸ ਦੁਬਈ ਜਾਣਾ ਚਾਹੁੰਦੇ ਨੇ, ਬਟ ਫਲਾਈਟਾਂ ਬੰਦ ਹੋਣ ਕਾਰਨ ਉਹ ਦੁਬਈ ਨਹੀਂ ਜਾ ਸਕਦੇ। ਅਤੇ ਦੁਬਈ, ਆਈ ਥਿੰਕ ਦੁਬਈ ਦਾ ਕੋਈ ਵਾਇਆ ਵੀ ਨਹੀਂ ਪੈਂਦਾ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ, ਕਿਉਂਕਿ ਡਾਇਰੈਕਟ ਫਲਾਈਟਾਂ ਤੁਹਾਨੂੰ ਲੱਗਦੀਆਂ ਅਤੇ ਟੋਟਲੀ ਫਲਾਈਟਾਂ ਜਿਹੜੀਆਂ ਨੇ ਉਹ ਬੰਦ ਨੇ। ਸੋਦੀਆ ਕਾਫੀ ਜ਼ਿਆਦਾ, ਸੋਦੀ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਜਿਹੜੇ ਸਿਟੀਜ਼ਨ ਨੇ ਉਹ ਸੋਦੀ ਜਾਣ ਵਾਸਤੇ ਅਫਗਾਨਿਸਤਾਨ ਦਾ ਵਾਇਆ ਲੈਂਦੇ ਨੇ ਜਾਂ ਫਿਰ ਬਹਿਰੀਨ ਦਾ ਵਾਇਆ ਲੈਂਦੇ ਨੇ। ਬਹਿਰੀਨ ਦਾ ਵੀ ਰਾਹ ਹੁਣ ਬੰਦ ਹੈ ਟੋਟਲੀ, ਜਿਹੜੇ ਭਰਾ ਉੱਥੇ ਬਹਿਰੀਨ ਗਏ ਸਨ ਉਹ ਵੀ ਫਸੇ ਨੇ, ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਨੇ ਬਹਿਰੀਨ ਤੋਂ ਅੱਗੋਂ ਫਲਾਈਟਾਂ ਅਤੇ ਬਾਰਡਰ ਟੋਟਲੀ ਬੰਦ ਹੈ ਸੋਦੀਆ ਦਾ, ਕੋਈ ਵੀ ਬੰਦਾ ਸੋਦੀਆ ਨਹੀਂ ਜਾ ਸਕਦਾ ਬਹਿਰੀਨ ਦੇ ਰਾਹ। ਅਤੇ ਅਫਗਾਨਿਸਤਾਨ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ ਦੀਆਂ ਫਲਾਈਟਾਂ ਓਪਨ ਨੇ, ਤੁਹਾਨੂੰ ਉੱਥੇ 15 ਤੋਂ 20 ਦਿਨ ਰਹਿਣਾ ਪੈਂਦਾ, ਕੁਆਰੰਟੀਨ ਕਰਨਾ ਪੈਂਦਾ, ਫਿਰ ਹੀ ਤੁਸੀਂ ਅੱਗੇ ਅਫਗਾਨਿਸਤਾਨ ਤੋਂ ਕਾਬਲ ਤੋਂ ਫਲਾਈਟ ਲੈ ਕੇ ਜੱਦਾ ਜਾਂ ਸੋਦੀਆ ਦੇ ਕਿਸੇ ਵੀ ਹੋਰ ਸਿਟੀ ਜਾ ਸਕਦੇ ਹੋ। ਹਾਂਜੀ, ਅਤੇ ਮਿੱਤਰੋ ਇਹ ਸਨ ਇੰਡੀਆ ਟੂ ਯੂਏਈ, ਪਾਕਿਸਤਾਨ ਤੋਂ ਯੂਏਈ ਦੀਆਂ ਕੁਛ ਫਲਾਈਟਾਂ ਦੇ ਬਾਰੇ 'ਚ ਅਪਡੇਟ। ਉਮੀਦ ਕਰਦਾ ਕਿ ਤੁਹਾਨੂੰ ਜਿੰਨੀਆਂ ਵੀ ਨਿਊਜ਼ਾਂ ਨੇ ਉਹਨਾਂ ਦੀ ਚੰਗੀ ਤਰ੍ਹਾਂ ਸਮਝ ਲੱਗ ਚੁੱਕੀ ਹੋਏਗੀ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਨਵੇਂ ਹੋ ਚੈਨਲ ਟੀਚ ਵੀਜ਼ਾ ਪੰਜਾਬੀ 'ਤੇ ਤਾਂ ਇਹਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਯਾਰੋ, ਅਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ 'ਤੇ।